ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸੁਖਵੀਰ ਸੋਢੀ ਤੇ ਬੱਬੂ ਮਾਨ ਨੂੰ ਬਹਾਰਾਂ ਪੰਜਾਬ ਦੀਆਂ ਪ੍ਰੋਗਰਾਮ 'ਚ। ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ, ਰੱਬ ਮਿਹਰ ਕਰੇ। ਅਤੇ ਮੱਖਣ ਜੀ ਨੂੰ ਅਸੀਂ ਕਹਾਂਗੇ ਆਪਣੇ ਬਹਾਰਾਂ ਪੰਜਾਬ ਦੀਆਂ ਦੇ ਵਿੱਚ ਜੀ ਆਇਆਂ। ਮੱਖਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਅੱਜ ਦੀ ਜਿਹੜੀ ਫਿਲਮ ਏਕਮ ਬੱਬੂ ਮਾਨ ਜੀ ਦੀ, ਆਪਾਂ ਖਾਸ ਤੌਰ 'ਤੇ ਉਚੇਚੇ ਤੌਰ 'ਤੇ ਇੱਥੇ ਇਕੱਠੇ ਹੋਏ ਹਾਂ, ਤਾਂ ਕੀ ਕਹਿਣਾ ਚਾਹੁੰਦੇ ਹੋ? ਫਿਲਹਾਲ ਅਸੀਂ ਭਾਅ ਜੀ ਜਿਹੜੀ ਪੁਆਇੰਟ ਜੀਰੋ ਕੰਪਨੀ ਆ, ਉਹਦੇ ਸਾਰੇ ਹੀ ਵਰਕਰਾਂ ਵੱਲੋਂ ਅਸੀਂ ਬਹਾਰਾਂ ਪੰਜਾਬ ਦੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਅੱਜ ਇੱਥੇ ਆਣ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਏਕਮ ਫਿਲਮ ਨੂੰ ਪ੍ਰਮੋਟ ਕਰਨ ਵਿੱਚ ਸਾਡਾ ਸਾਥ ਦਿੱਤਾ ਆ। ਅਸੀਂ ਫਿਰ ਤੁਹਾਡੇ ਸਾਰੇ ਸਟਾਫ ਨੂੰ ਜੀ ਆਇਆਂ ਆਖਦੇ ਹਾਂ ਅਤੇ ਧੰਨਵਾਦ ਕਹਿੰਦੇ ਹਾਂ। ਸਾਨੂੰ ਦੱਸੋ ਕਿ ਏਕਮ ਫਿਲਮ ਜਿਹੜੀ ਹੈ ਕਿ ਬੱਬੂ ਮਾਨ ਜੀ ਦੀ, ਜਿਹਦੇ ਬਾਰੇ ਆਪਾਂ ਬੱਬੂ ਮਾਨ ਜੀ ਨਾਲ ਵੀ ਗੱਲ ਕੀਤੀ ਆ, ਤੁਹਾਡੇ ਕੀ ਵਿਚਾਰ ਨੇ? ਭਾਅ ਜੀ, ਇੱਕ ਵੱਖਰੀ ਫਿਲਮ ਆ। ਬੱਬੂ ਮਾਨ ਨੇ ਇੱਕ ਆਪਣੇ ਪਿੰਡ ਦਾ ਸੀਨ, ਆਪਣੇ ਪਿੰਡ ਨੂੰ, ਆਪਣੇ ਕਿਸਾਨ ਨੂੰ ਉੱਚਾ ਚੱਕ ਕੇ ਗਰੀਬੀ ਦਾ ਅਮੀਰੀ ਨੂੰ ਦਿਖਾਲ ਕੇ ਇੱਕ ਨਵਾਂ ਹੀ ਕਿਰਦਾਰ ਪੇਸ਼ ਕੀਤਾ ਹੈ। ਇੱਕ ਨਵੇਂ ਕਿਸਮ ਦੀ ਫਿਲਮ ਆ, ਫੈਮਲੀ ਦੇਖਣ ਵਾਲੀ ਫਿਲਮ ਆ। ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਾਰਾ ਪਰਿਵਾਰ, ਸਾਰੇ ਮੇਰੇ ਪੰਜਾਬੀ ਵੀਰ ਇਹ ਪੰਜਾਬੀ ਫੈਮਲੀ ਫਿਲਮ ਦੇਖਣ ਲਈ ਆਉਣ ਅਤੇ ਨਾਲੇ ਬੱਬੂ ਮਾਨ ਦਾ ਮਾਣ ਵਧਾਉਣ। ਦੋਸਤੋ, ਇਹ ਸਨ ਮੱਖਣ ਸਿੰਘ ਜੀ ਜੌਲ, ਜਿਹੜੇ ਕਿ ਪੁਆਇੰਟ ਜੀਰੋ ਕੰਪਨੀ ਦੇ ਮਾਲਕ ਨੇ, ਜਿਨ੍ਹਾਂ ਨੇ ਬੱਬੂ ਮਾਨ ਜੀ ਦੀ ਪਹਿਲਾਂ ਵੀ ਕੈਸਟ ਸਿੰਘ ਇਜ਼ ਬੈਟਰ ਦੈਨ ਕਿੰਗ ਰਿਲੀਜ਼ ਕੀਤੀ ਸੀ, ਅਤੇ ਅੱਜ ਏਕਮ ਫਿਲਮ ਜਿਹੜੀ ਕਿ ਬੱਬੂ ਮਾਨ ਜੀ ਦੀ, ਅਤੇ ਅਸੀਂ ਕਾਨਫਰੰਸ ਦੇ ਉੱਤੇ ਪਹੁੰਚੇ ਸੀ ਅਤੇ ਬੱਬੂ ਮਾਨ ਜੀ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ। ਅਤੇ ਮੈਂ ਆਪਣੇ ਬਹਾਰਾਂ ਪੰਜਾਬ ਦੀਆਂ ਦੇ ਇਸ ਪ੍ਰੋਗਰਾਮ ਰਾਹੀਂ ਦੱਸਦਾ ਜਾਵਾਂ ਕਿ ਤੁਹਾਡੇ ਜਾਣਕਾਰੀ ਲਈ ਕਿ ਬੱਬੂ ਮਾਨ ਜੀ ਜਿਹੜੇ ਕਿ ਬਰਮਿੰਗਮ ਦੇ ਵਿੱਚ 15 ਮਈ ਅਤੇ ਗਲਾਸਗੋ ਦੇ ਵਿੱਚ 18 ਮਈ ਅਤੇ ਲੰਡਨ ਦੇ ਵਿੱਚ 29 ਮਈ ਨੂੰ 3 ਸ਼ੋਅ ਕਰ ਰਹੇ ਨੇ। ਉਹ ਮੁੰਡੇ ਖੜ੍ਹੇ ਨੇ ਕੁਵਾਰੇ ਤੈਨੂੰ ਤੱਕਣੇ ਦੇ ਮਾਰੇ, ਮੁੰਡੇ ਖੜ੍ਹੇ ਨੇ ਕੁਵਾਰੇ ਤੈਨੂੰ ਤੱਕਣੇ ਦੇ ਮਾਰੇ, ਤੱਕਣਾ ਤੂੰ ਇੱਥੇ ਕੌਣ ਕੀ ਕਰਦਾ ਨੀ, ਮੇਲਾ ਲੁੱਟੀ ਜਾ, ਮੇਲਾ ਲੁੱਟੀ ਜਾ ਨੀ, ਜਿੱਦਾਂ ਤੇਰਾ ਜੀ ਕਰਦਾ ਨੀ, ਮੇਲਾ ਲੁੱਟੀ ਜਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸੁਖਵੀਰ ਸੋਢੀ ਤੇ ਬੱਬੂ ਮਾਨ ਨੂੰ ਬਹਾਰਾਂ ਪੰਜਾਬ ਦੀਆਂ ਪ੍ਰੋਗਰਾਮ 'ਚ। ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ, ਰੱਬ ਮਿਹਰ ਕਰੇ।